रिपोर्ट अपनी वधिया ही सही है। फोन भी बथेरा फोन तो मेरा पी लिया है ना बथेरा फोन से तो कमी किदा हो सकती है। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡੇ ਆਪਣੇ ਫਿਓਨਾ ਸੈਮ ਪੰਜਾਬੀ YouTube ਚੈਨਲ ਤੇ। ਅੱਜ ਮੈਂ ਹੋ ਗਈ ਹਾਂ ਉੱਠਣ ਚ ਲੇਟ, ਟੌਪ ਨਿਕਲ ਚੁੱਕੀ ਆ, ਪਰ ਅੱਜ ਬਹੁਤ ਜ਼ਿਆਦਾ ਕੰਮ ਆ, ਉਹ ਤੁਹਾਨੂੰ ਪਤਾ ਲੱਗੀ ਜਾਣਾ ਹੌਲੀ 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 ਕੀ ਕੰਮ ਆ। ਤੇ ਫੋਨ ਦੀ ਬੈਟਰੀ ਬਿਲਕੁਲ ਡੈਡ ਹੋ ਚੁੱਕੀ ਆ 5% ਆ, ਤੇ ਇਹਨੂੰ ਵੀ ਚਾਰਜ ਲਗਾ ਲਈਏ। ਹਾਂਜੀ, ਧੋਈਆਂ ਧੋਈਆਂ ਚੱਲ ਰਹੀਆਂ ਭਾਂਡਿਆਂ ਦੀਆਂ। ਤੁਸੀਂ ਲੇਟ ਕੀਤਾ, ਧੁੱਪ ਦੇਖੋ ਆ ਜਾਂਦੀ ਆ ਮੈਨੂੰ। ਇਹ ਪੂਰਾ ਸਰਾਸਰ ਝੂਠ ਬੋਲਣ ਦੀ, ਮੈਂ ਇਹਨੂੰ ਕੁਛ ਨਹੀਂ ਲੇਟ ਆ ਕਰਿਆ ਮੇਰਾ ਕੱਪੜੇ ਵੱਲ ਕੇ ਆਣਾ ਕੀ ਕਰਦੇ ਸੀ। रिक्शा तो है नी इत, मैडम जी इथे ने, मैं बाहर लभन डिया। दुध लैन चला, ब्रेड साजू एक पैकेट ना, जिहदे नाल तुसीं अपना मनोरंजन तां कर सकदे आ, नाल दी नाल बहुत ही घैंट बहुत ही अच्छा खासा पैसा भी कमा सकदे आ। रमी वैसे एक गेमिंग नहीं हैगी, इह एक इन्वेस्टमेंट करन दा नवां तरीका आ, बस डिपेंड करदा कि तुसीं इन्वेस्टमेंट घट करदे हो जां ज्यादा करदे हो। सो तुसीं हुण जिहड़ा तुहानूं मैं गेम प्ले दिखाऊंगा ते ट्रिक दिखाऊंगा, इह बिल्कुल ध्यान नाल देखियो। चलो आपां चलदे आ मोबाइल स्क्रीन ते। ਜਿੱਦਾਂ ਤੁਸੀਂ ਆਪਣੇ ਮੋਬਾਈਲ ਨੰਬਰ ਨਾਲ ਰਜਿਸਟਰ ਕਰੋਗੇ ਤਾਂ ਤੁਹਾਨੂੰ 41 ਰੁਪਏ ਦਾ ਬੋਨਸ ਤੁਰੰਤ ਮਿਲ ਜਾਊਗਾ। ਉਸ ਤੋਂ ਬਾਅਦ ਤੁਸੀਂ ਰੀਚਾਰਜ ਕਰਨਾ ਹੈ ਤੇ ਮੈਂ 5000 ਚਿਪ ਦੇ ਨਾਲ ਰੀਚਾਰਜ ਕਰ ਰਿਹਾ ਹਾਂ। ਉਸ ਤੋਂ ਬਾਅਦ ਆਪਾਂ ਡਰੈਗਨ ਵਾਸਿਸ ਟਾਈਗਰ ਗੇਮ ਨੂੰ ਸਿਲੈਕਟ ਕਰਾਂਗੇ ਤੇ ਉਹਦੇ ਉੱਤੇ 100 ਰੁਪਏ ਦੀ ਬੈਟ ਲਗਾਵਾਂਗੇ। ਯਾਰ ਤੁਸੀਂ ਦੇਖ ਸਕਦੇ ਆਪਾਂ 100 ਰੁਪਏ ਦੀ ਬੈਟ ਸ਼ੁਰੂ ਚ ਹੀ ਹਾਰ ਚੁੱਕੇ, ਪਰ ਹਾਰ ਦੇਖ ਕੇ ਆਪਾਂ ਘਬਰਾਉਣਾ ਨਹੀਂ ਹੈਗਾ। ਜਿੰਨੀ ਅਮਾਉਂਟ ਆਪਾਂ ਹਾਰਦੇ ਹਾਂ ਉਸ ਤੋਂ 3 ਗੁਣਾ ਅਮਾਉਂਟ ਆਪਾਂ ਫੇਰ ਦੁਬਾਰਾ ਲਗਾ ਦੇਣੀ ਆ। ਮੈਂ ਇਸ ਵਾਰ 300 ਰੁਪਏ ਦੀ ਬੈਟ ਲਗਾਈ ਹੈ ਪਰ ਉਹ ਆਪਾਂ ਫੇਰ ਦੁਬਾਰਾ ਹੁਣ ਇਸ ਟਾਈਮ ਹਾਰ ਚੁੱਕੇ ਆ, ਪਰ ਨਹੀਂ ਫੇਰ ਵੀ ਨਹੀਂ ਘਬਰਾਉਣਾ, ਆਪਾਂ ਜਿੰਨੀ ਅਮਾਉਂਟ ਹਾਰਦੇ ਹਾਂ ਉਸ ਤੋਂ 3 ਗੁਣਾ ਫੇਰ ਦੁਬਾਰਾ ਬੈਟ ਲਗਾ ਦੇਣੀ ਆ। ਲਾਸਟ ਬੈਟ ਵਿੱਚ ਮੈਂ ਹਾਰਿਆ ਸੀ 300 ਰੁਪਏ ਤਾਂ ਫੇਰ ਦੁਬਾਰਾ ਹੁਣ ਮੈਂ ਟਾਈਗਰ 'ਤੇ ਹੀ 900 ਰੁਪਏ ਦੀ ਬੈਟ ਲਗਾਉਣੀ ਆ ਤੇ ਹੁਣ ਵੇਟ ਕਰਦੇ ਆ ਪੱਤੇ ਖੁੱਲਣ ਦਾ। ਉਹ ਯਾਰ ਆਪਾਂ ਫੇਰ ਦੁਬਾਰਾ ਹਾਰ ਚੁੱਕੇ ਆ, ਪਰ ਆਪਾਂ ਡਰਨਾ ਨਹੀਂ, ਘਬਰਾਉਣਾ ਨਹੀਂ, ਆਪਾਂ ਜਿੰਨੀ ਅਮਾਉਂਟ ਹਾਰਦੇ ਆ ਉਸ ਤੋਂ 3 ਗੁਣਾ ਫੇਰ ਦੁਬਾਰਾ ਆਪਾਂ ਬੈਟ ਲਗਾ ਦੇਣੀ ਆ ਤੇ ਆਪਾਂ ਹੁਣ ਇਸ ਵਾਰੀ ਫੇਰ ਦੁਬਾਰਾ 2700 ਰੁਪਏ ਦੀ ਬੈਟ ਲਗਾਉਣੀ ਆ। ਤੇ ਜ਼ਰੂਰੀ ਨਹੀਂ ਕਿ ਤੁਸੀਂ ਮੇਰੇ ਵਾਂਗੂ 100 ਰੁਪਏ ਦੀ ਬੈਟ ਹੀ ਲਗਾਓ, ਤੁਸੀਂ 10 ਰੁਪਏ ਦੇ ਨਾਲ ਵੀ ਸ਼ੁਰੂਆਤ ਕਰ ਸਕਦੇ ਆ ਤੇ ਹਾਂ ਤੁਸੀਂ ਦੇਖ ਸਕਦੇ ਆ ਮੈਂ ਹੁਣ 2700 ਰੁਪਏ ਜਿੱਤ ਚੁੱਕਾ ਆ ਤੇ ਇਹਦੇ ਨਾਲ ਮੇਰਾ ਪਹਿਲਾਂ ਵਾਲਾ ਲਾਸ ਵੀ ਕਵਰ ਹੋ ਗਿਆ ਤੇ ਮੈਂ 1000 ਰੁਪਏ ਜਿੱਤ ਵੀ ਲਿਆ ਆ। ਤੇ ਇਹਦੇ 'ਚ ਵਿਡਰੋ ਕਰਨਾ ਬਹੁਤ ਹੀ ਜ਼ਿਆਦਾ ਸੌਖਾ ਆ, ਤੁਸੀਂ ਸਿੰਪਲੀ ਵਿਡਰੋ ਦੀ ਆਪਸ਼ਨ ਤੇ ਕਲਿੱਕ ਕਰਨਾ ਤੇ ਅਮਾਉਂਟ ਭਰ ਕੇ ਵਿਡਰੋ ਤੇ ਕਲਿੱਕ ਕਰ ਦੇਣਾ। ਤੁਸੀਂ ਮੇਰਾ ਪੇਮੈਂਟ ਪ੍ਰੂਫ ਵੀ ਦੇਖ ਸਕਦੇ ਹੋ, ਰੀਸੈਂਟਲੀ ਮੈਂ ਜਿਹੜੇ ਵਿਡਰੋ ਕੀਤੇ ਹੋਏ ਆ ਇਸ ਐਪਲੀਕੇਸ਼ਨ ਦੇ ਵਿੱਚੋਂ। ਹਾਂਜੀ, ਮੈਨੂੰ ਉਮੀਦ ਆ ਤੁਸੀਂ ਵੀਡੀਓ ਨੂੰ ਬਿਲਕੁਲ ਧਿਆਨ ਨਾਲ ਦੇਖਿਆ ਹੋਊਗਾ। ਜੇ ਦੇਖ ਲਿਆ ਤੇ ਚੱਕੋ ਆਪਣਾ ਫੋਨ ਤੇ ਕਰੋ ਡਾਊਨਲੋਡ, ਲਿੰਕ ਤੁਹਾਨੂੰ ਕਮੈਂਟ ਤੇ ਡਿਸਕ੍ਰਿਪਸ਼ਨ ਦੇ ਵਿੱਚ ਟੌਪ ਉੱਤੇ ਮਿਲ ਜਾਊਗਾ ਤੇ ਜਾਓ। ਬੈਸਟ ਆਫ ਲੱਕ ਸਾਰਿਆਂ ਨੂੰ। ਸੋਨਾ ਯੈਸ ਜੀ ਲੋ ਯਾ ਲੋ ਆ ਦੇ ਦੁੱਧ ਤੇ ਆ ਪਾਣੀ। ਪਾਣੀ ਠੰਡਾ ਕਿੱਥੋਂ ਲਿਆਂਦਾ? ਲਿਆਂਦਾ ਬੋਲਿਆ ਨਾ ਮੋਲ ਆ ਕਿੰਨੇ ਦਾ? 8 ਰੁਪਏ ਦੀ ਬੋਤਲ ਹੈ। ਤਾਂ ਘਰੇ ਪਾਣੀ ਨਹੀਂ ਮਿਲਣਾ? ਮਜ਼ਾਕ ਕਰਦਾ। ਅੱਛਾ ਜੇ ਤਾਂ ਦੇਖਿਆ, ਮੈਨੂੰ ਪਤਾ ਸੀ ਇਹ ਜਗ੍ਹਾ ਨਹੀਂ ਆ ਤੇ ਇੱਕ ਸਰਪ੍ਰਾਈਜ਼ ਲੈ ਕੇ ਆਇਆ ਮੇਰੇ ਲਈ। ਕੀ ਹੋ ਸਕਦਾ? ਪਤਾ ਨਹੀਂ। ਆ ਲੋ ਤੁਹਾਡੇ ਲਈ ਸਰਪ੍ਰਾਈਜ਼। ਤੀਰ ਮਾਰਕ ਇਹ ਪੱਕਾ ਆ ਲਿਆ, ਉਹਦੇ ਨਾਲ ਬੋਤਲ ਪਾਣੀ ਦੇ ਫ੍ਰੀ ਵੀ ਦੇ। 30 ਰੁਪਏ ਸੀ ਮੇਰੇ ਪਾਸ ਸਾਰੇ। ਤੇ ਆ ਕਿੱਥੇ ਲੈ ਲਿਆ ਤੀਰ ਮਾਰਕ? ਫ੍ਰੀ ਚ ਆ। ਫ੍ਰੀ ਚ ਰੱਖ ਲੋ। ਹਾਂ ਹਾਂ ਸੋਹਣੇ ਬੜੇ ਲੱਗੇ ਨੇ ਇਸ ਤੋਂ। ₹150 अपने लगने 30 रुपए दुध लगा, 10 रुपए ओरियो लगने, 10 रुपए चॉकलेट लगनी है, ते एक ग्लास होता है ना 150 का, टू ओरियो होने हैं, ते एक बर्फ बस। बर्फ तो करे हैगी ना, पर 300 रुपए की चीज बना लानी 60 रुपए च। फिर दोबारा जाना पड़ना दुकान नु, मेरी दुकान दे गेड़े ते गेड़ा, गेड़े ते गेड़ा, तीजी वाली गेड़ा लगा मेरा। हां जी, अपन ले लिया अपना मैं ओरियो ते नाल ले एक करी मैं चॉकलेट आ गए। अपन का यार प्यास ही बड़ी लगन दी है। हुन फोन ने भेजा बर्फ लैन ते फोन देखो ਖੰਡ ਰਹਿ ਗਈ।
उस तो बाद रिमूव करके अपने नेल्स नेल पेंट रिमूवर ना फिर आपां आवली नेल पेंट लगाउणी आ। हुण सब तो पहला सैम दी रेसिपी दिखा दी। 70 रुपए ने है किदा 70 रुपए ने सुने ठीक है लाइट है ना अपने सेट ਦਾ ਹੀ ਹਾਂ ਇਧਰ ਬਣਾਉਂਗੇ ਤਾਂ ਤਾਂ ਦੀ ਵੀਡੀਓ ਹੋਣੀ ਹੈ। ਚਲੋ ਠੀਕ ਹੈ ਦੇਖਿਓ ਬੈਠੇ ਹੋ ਹਾਂ ਵੀ ਸੁੰਦਰ ਲੱਗ ਰਹੇ ਹੋ। ਸਾਡੇ ਰੂਮ ਚ ਲਾਈਟ ਬਹੁਤ ਥੋੜੀ ਆ ਬਸ ਉਹੀ ਇੱਕ ਵੱਲਾ ਵਾ ਲੱਗਾ ਹੋਇਆ। ਇਹ ਹੁਣ ਬਿਸਕੁਟ ਤੋੜ ਤੋੜ ਕੇ ਪਾਉਂਦੇ ਪਏ ਆ इन्नी सेवा कर दे पे मेरी मैं पागल हो जाना एक दिन। चॉकलेट भी पालनी है फैशन बना के देना ना इधर थोड़ी सा के बर्फ भी पानी नाल मैं कालू आ साडा बहुत स्पेशल डे एक दिन ओ तो हम ब्लॉग दे लास्ट विच दसांगे बस ब्लॉग नाल बने रहियो। बोन बेटा उन दे पीछे पिया बर्फ तो ऑन द स्टाइल ए के तो सिखया सारे सारे काम पुठे करने होंदे थोड़ी तो के लेके लो जी बर्फ खा लो हाय बहुत दिया थोड़ा जी आप बर्फ हो ले ली सैम तो ये हाय बर्फ की नहीं सोनी लग दी पे ये नू आप हम खावांगे छोटे छोटे नैने बर्फ वो खा दे उधर फिर जो कट के आप वो खाएगी बच पड़ गया ज्यादा ज्यादा आ गई ना ठीक है चलो ले आ दो फिर मैं खा लिया ना वो प्लेट वाली छोड़ो शेक अपना रेडी है। हाय वो स्वादा चची सच्ची में टेस्ट आउट ना दे यार तो मैं ना क्या है मैं टमेटी तुसी ना लियो फिर मैं तानू ओदे तक बना लूंगा। हां जी मैं ना लिया आ ते अपने टोस्टर भी रेडी हो गए दो हो चुके आ ते हुन तानू खा के मिलदे मेनू ता इतनी ज्यादा भूख लगी मैं दस नहीं सकदा। हां जी अपा वीडियो वाडियो शूट कर लई आ तैयार हो के कपड़े चेंज कर ले आ सिर लग गया बाबू मैं सोचदा सी भी गड्डी तो आ गया मां मी पे राती गड्डी अपनी तो हो चुकी है बस शीशा बहुत गंदा सेगा पिछला मेनू इदा सुख हो गई। हां जी चलो मेनू पानी भरना पड़ेगा और ठंडा पानी आ दे दो कोई चक्कर दूजा भी मेरे ख्याल नहीं है हम चलिए दौड़ के दौड़ के दौड़ के दौड़ के वह अंदर बैठे हुए हैं डॉक्टर को जा रहे हैं देखो की कहते डॉक्टर अच्छ फिर चेकअप गर्म गुरम चीजा नहीं खानी कह मतलब गर्म नहीं होंगे बेटा जी अच्छा घ्यो नहीं देना देसी घ्यो नहीं देना बिलकुल चलिए फिर मंडी ਕੀ ਲੈ ਕੇ ਆਣਾ ਪਿਆਜ਼ ਵੀ ਆਵਾਂ ਕਿ ਫਰੂਟਸ ਬਹੁਤ ਵਧੀਆ ਮਿਲ ਜਾਂਦੇ ਉੱਥੋਂ ਚੱਲ ਚਲੀਏ ਸ਼ਾਪਿੰਗ ਹੋ ਜੂਗੀ। ਹਾਏ ਅੱਜ ਹੋਣਾ ਮੈਨੂੰ ਮੈਂ ਬਹੁਤ ਖੁਸ਼ ਸੀ ਜਦੋਂ ਮੈਂ ਅੰਦਰ ਜਾਂਦੀ ਪਈ ਸੀ ਨਾ ਤੇ ਮੇਰਾ ਉਹ ਵੀ ਉਹ ਮੈਨੂੰ ਉਹਨਾਂ ਨੇ ਦੱਸਿਆ ਨਹੀਂ ਉਹ ਸਕੈਨਿੰਗ ਦਾ ਮੈਨੂੰ ਤਾਂ 5th ਮੰਥ ਹੋ ਗਈ ਮੈਨੂੰ ਤਾਂ ਫੇਰ ਕਰੂੰਗੇ ਮੇਰਾ ਕੋਲ ਆ ਕੇ ਹਨਾ ਤੇ ਮੈਨੂੰ ਨਾ ਪਹਿਲਾਂ ਮੈਂ ਬਹੁਤ ਖੁਸ਼ ਜਦੋਂ ਹਨਾ ਮੈਨੂੰ ਉਹ ਚੈੱਕਅਪ ਕਰਦੇ ਹੁੰਦੇ ਨੇ ਡਾਕਟਰ ਮੇਰੇ ਤਾਂ ਉਹ ਦੋਨੋਂ ਉਹ ਵੱਜ ਨਹੀਂ ਕਰਦੀ ਹੁੰਦੀ ਨਿਆਣੇ ਦੀ ਧੜਕਣ ਦੀ ਵਜ੍ਹਾ ਸੀ ਉਹ ਅੱਛਾ ਮੈਨੂੰ ਪਤਾ ਸੀ ਚੀਕਾਂ ਹੀ ਵੱਜਦੀਆਂ ਮੈਂ ਕਿਹਾ ਇਹ ਚੀਜ਼ ਧੜਕਣ ਦੀ ਇਹਦੇ ਢਿੱਡ ਦਾ ਜਲਾ ਕੇ ਨਾ ਮਸ਼ੀਨ ਨਾਲ ਇਦਾਂ ਤੇ ਇਦਾਂ ਕਰਦੇ ਸੀ ਦੇਖਦੇ ਪਏ ਸੀ ਧੜਕਣ ਆਉਂਦੀ ਪਈ ਹਿਲਦਾ ਜੁਲਦਾ ਪਹਿਲਾਂ ਇੱਥੇ ਸੀ ਜਦੋਂ ਉਹਨਾਂ ਨੇ ਤਾਂ ਕਿ ਦੋ ਵਾਰ ਇਦਾਂ ਕੀਤਾ ਉਹਨੇ ਮੇਰੇ ਤਿੰਨ ਚਾਰ ਕਿੱਕੇ ਛੱਡ ਦਿੱਤੇ। ਆਏ ਆਸ ਤਾਂ ਕਿ ਬੰਦੇ ਮੈਂ ਕੁਝ ਖਾਦਾ ਨਹੀਂ ਮੈਂ ਕਿਹਾ ਚਲੋ ਪਹਿਲਾਂ ਫਰੂਟ ਲੈ ਕੇ ਆਈਏ ਕਿਉਂਕਿ ਤਾਂ ਮੰਡੀ ਬੰਦ ਹੋ ਜਾਣੀ ਸੀ। ਹੂੰ आप सारी मंडी पुछना फिर आप समान लेना
सब्जी लेके आपा रख दित्ती है डिग्गी च फ्रूट ते सब्जी आपा बहुत सारी ले लिए सान दे दा हाथ भी दुखा लापया पिना कुछ ले लिया इसे करके ब्लॉग नहीं बनाया ना घूम जा ना मैं को सारा सामान फड़या होसी फड़या होया सी क्योंकि मैं है भी चकना नहीं हैगा बिल्कुल भी ता करके थोड़ा जा सामान चकया सी मैं ते आपा काफी फ्रूट ले लिए मूली पहला भी लई नहीं पापा दो तीन गोभी वाले ते मूली वाले परौंठे चलूगा करे आपा ना कुछ खाण पीन आया सानू भूख लगी हुई सी ते ए कहंदे पे चाह ना कुछ खाना मैं कहां मैं चाह पींदी नहीं आया कुछ पसंद नहीं चलो उठे जिथे सी देख लो एक बारी ठीक है किस चले आपा हंगरी पॉइंट चाहे हॉकर्स चलते हैं चलो जाके देखते हैं की पसंद आता ये बहुत सोहनी जगह है यार देखो हाँ जी आज होगी आज तो लड़ा कराती है आज पता की ता एक जगह तो लिया चिकन सैंडविच एक जगह तो लिया गार्लिक ब्रेड हां जी ते फिर आपा ओने टाइम दे विच आपा विशाल मेगा मार्ट जाए उठो आपा ले बादाम बदूम क्योंकि डॉक्टर ने दसे सी खाने ते आगे जाके महंगी भी होया डबल होया ना रेट ऐसा के पहले ले आंदे तो साडे दिमाग चल लिया ते हुन आपा खान लगे गार्लिक ब्रेड ते आ नाल ले आंदा आपा जूस नाल को ड्रिंक नहीं लई ओनली जूस बटर चिकन अपनी फेवरेट जगह तो बहुत खादा बटर चिकन हम ओथो बटर चिकन लेके जाना इथो लेना ठेका शराब दा पर हाथे तो चिकन बहुत ही मिलता है यार कि आराम ना बैठे नु कुछ नहीं पता बाहर आए खड़ा आराम ना मस्ती से बैठी हुई है मैं 5 मिनट खड़ा रहा मैं पता नहीं लगना कुछ भी नहीं होया ऑर्डर करके आ भाई कहंदे गड्डी च भेज देंदे हैं फिर ठहरो हां फिर तने सारे आ गए मैं कल्ले बोर हूं जिस पे मैं फोन चलाने लग गया अब मैं ना इतो इतना चिकन खाता है ना कपड़े वगैरा कर ले चेंज मूह हाथ धो लिया चज ना पूरी हालत हो गई सी अपनी रिपोर्ट पढ़ के हटे की लिखिया की नहीं वैसे डॉक्टरी भाषा ज्यादा नहीं आती वैसे जिनी क मेनू आती है पढ़ लिखी ते डॉक्टर ने मैं भी मिलिया सारा कुछ पूछा कि सुन करना की नहीं करना रिपोर्ट अपनी वधिया ही हुई है फोन भी बथेरा फोन तो मेरा पी लिया है ना तेरा फोन ते तो कमी किदा हो सकती दिन रात तक पींदी रहती है हुन भी पीण लगी बह के मैं हुन कदों काके ने गल्ला करदी सी नाले काके ने मेरे शिकायतां लाउण लगी सी ठीक है चलो खाइए हुन खाना पीना खा के ज्यादा थक हो गया सी ते फिरना तो सो चुकी है मैं भी लगा सौन सारे ने चैनल सब्सक्राइब कर दियो आई होप तुहानू सारे ने ब्लॉग वधिया लग्या होगा जे वधिया लग्या तां लाइक भी कर दियो वीडियो नू ते शेयर भी कर दियो मिलदे आ नेक्स्ट ब्लॉग विच बहुत जल्द एक स्पैशल ब्लॉग होने वाला आ ते तुहानू सारे ने प्यार भरी सत श्री अकाल बाय बाय